ਹਾਂਜੀ ਸਤਿ ਸ੍ਰੀ ਅਕਾਲ, ਨਮਸਤੇ ਤੇ ਸਲਾਮ ਅਦਾਬ ਦੁਨੀਆ ਭਰ ਵਾਸਤੇ ਪੰਜਾਬੀਆਂ ਨੂੰ ਕੇਵਲ ਸਤਿ ਸ੍ਰੀ ਅਕਾਲ। ਹਾਂਜੀ ਤਾਂ ਹਾਂਜੀ ਅਸੀਂ ਇੱਕ ਪ੍ਰੋਗਰਾਮ ਕਰ ਰਹੇ ਹਾਂ ਜੀ, ਇਹ ਪੰਜਾਬੀ ਵਿੱਚ ਸ਼ਬਦ ਨਗੀਨੇ ਹਨ ਜੀ, ਇਹਦੇ ਵਿੱਚ ਜਿਹਨੂੰ ਡਿਕਸ਼ਨਰੀ ਸਮਝੋ ਕਾਫਲਾ ਸਮਝ ਲਓ, ਤਾਂ ਇਹ ਅਸੀਂ ਅੱਜ ਪੇਸ਼ ਕਰਦੇ ਹਾਂ ਜੀ। ਤਾਂ ਅੱਜ ਜੇ ਤੁਹਾਨੂੰ ਪ੍ਰੋਗਰਾਮ ਅੱਛਾ ਲੱਗੇ ਲਾਈਕ ਕਰਨਾ, ਸ਼ੇਅਰ ਕਰਨਾ, ਤਾਂ ਸਬਸਕ੍ਰਾਈਬ ਕਰਨਾ ਚੈਨਲ ਨੂੰ। ਜੇ ਤੁਸੀਂ ਨਹੀਂ ਸਬਸਕ੍ਰਾਈਬ ਕੀਤੀ ਤਾਂ ਸਾਨੂੰ ਫੇਸਬੁੱਕ 'ਤੇ ਵੀ ਸਾਡਾ ਪੇਜ ਨੂੰ ਫੋਲੋ ਕਰਨਾ ਜੀ। ਤਾਂ ਅਸੀਂ ਅੱਜ ਸਾਡੇ ਨਾਲ ਜੁੜ ਗਏ ਨੇ ਆਪਣੇ ਵਰਿਆਮ ਸਿੰਘ ਜੀ, ਤਾਂ ਇਹ ਆਪਣੇ ਚੜ੍ਹਦੇ ਪੰਜਾਬ 'ਚੋਂ। ਤਾਂ ਇਹਨਾਂ ਨਾਲ ਇਹਨਾਂ ਤੋਂ ਪੁੱਛਾਂਗੇ ਜੀ, ਸਾਨੂੰ ਇਹ ਕਵਿਤਾ ਕਿੱਥੋਂ ਮਿਲੀ, ਤਾਂ ਇਹ ਤਾਂ ਇਹ 'ਤੇ ਅਸੀਂ ਇਹਦੇ ਸ਼ਬਦ ਹੈ ਜਿਹੜੇ ਇਹਦੇ ਅਲਫਾਜ਼ ਨੇ ਉਹ ਕਾਫੀ ਪੁਰਾਣੇ ਨੇ, ਤਾਂ ਉਹ ਅੱਜ ਕੱਲ੍ਹ ਦੇ ਬੱਚਿਆਂ ਨੂੰ ਦੱਸਣ ਲਈ ਅਸੀਂ ਇਹ ਪ੍ਰੋਗਰਾਮ ਕੀਤਾ। ਉਹ ਕਈ ਲਫ਼ ਸਾਨੂੰ ਵੀ ਨਹੀਂ ਆਉਂਦੇ, ਉਹ ਤੁਸੀਂ ਕਮੈਂਟਸ ਦੇ ਕੇ ਦੱਸਿਓ ਜੀ ਇਹਦਾ ਮਤਲਬ ਕੀ ਹੈ, ਜੇ ਤੁਸੀਂ ਪ੍ਰੋਗਰਾਮ ਵੇਖਦੇ ਹੋ। ਹਾਂਜੀ ਜੀ ਵਰਿਆਮ ਸਿੰਘ ਜੀ, ਪੰਜਾਬੀ ਵਿਸ਼ਾ ਚੈਨਲ 'ਤੇ ਸਾਨੂੰ ਜੀ। ਮੈਂ ਵੈਸੇ ਆਪਣੇ ਪੇਸ਼ੇ ਵਜੋਂ ਇੱਕ ਡਾਕਟਰ ਆ ਜੀ, ਆਯੁਰਵੈਦਿਕ ਡਾਕਟਰ ਡਿਗਰੀ ਆ ਮੇਰੇ ਕੋਲ, ਕਿਉਂਕਿ ਉਹ ਇਹ ਪੜ੍ਹਾਈ ਕਰਦੇ ਆ, ਇਹਦੇ 'ਚ ਸੰਸਕ੍ਰਿਤ ਵਗੈਰਾ ਸਾਰਾ ਕੁਛ ਪੜ੍ਹਨਾ ਪੈਂਦਾ, ਇਸ ਕਰਕੇ ਥੋੜਾ ਜਿਹਾ ਲਫ਼ਜ਼ਾਂ ਦਾ ਕਾਫੀ ਭਾਸ਼ਾ ਦਾ ਮਤਲਬ ਹੋ ਜਾਂਦਾ। ਹਾਂਜੀ ਹਾਂਜੀ, ਆਯੁਰਵੇਦ ਦੇ ਵਿੱਚ ਸੰਸਕ੍ਰਿਤ ਪੜ੍ਹਨੀ ਪੈਂਦੀ ਹੈ ਲਗਾਤਾਰ, ਸਾਰੇ ਗ੍ਰੰਥ ਪੁਰਾਣੇ ਆਯੁਰਵੇਦ ਦੇ ਜਿਹੜੇ ਆ ਉਹ ਸੰਸਕ੍ਰਿਤ 'ਚ ਪੜ੍ਹਾਏ ਜਾਂਦੇ ਆ। ਹਾਂਜੀ ਹਾਂਜੀ, ਇਸ ਕਰਕੇ ਫਿਰ ਉਹ ਭਾਸ਼ਾ ਦੇ ਨਾਲ ਕਾਫੀ ਡੂੰਘਾ ਹੋ ਜਾਂਦਾ ਬੰਦੇ ਦਾ ਨਾ। ਸਹੀ ਜੀ ਸਹੀ ਜੀ। ਹਾਂ ਵੈਸੇ ਮੈਂ ਪੰਜਾਬੀ ਨਹੀਂ ਪੜ੍ਹੀ ਕਿਸੇ ਸਕੂਲ 'ਚ, ਮੈਂ ਬਸ ਅਨਪੜ੍ਹ ਆ ਪੰਜਾਬੀ ਵੱਲੋਂ ਜੀ। ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ, ਆਪਣੀ ਕਵਿਤਾ ਹੈ ਜੀ। ਤਾਂ ਹਾਂਜੀ ਸ਼ਬਦ ਨਗੀਨੇ ਜੀ, ਇਹ ਕਵਿਤਾ ਸਾਨੂੰ ਮੈਨੂੰ ਲੱਗਦਾ ਕਵਿਤਾ ਜਿਹਨ ਲਿਖੀ ਹੈ ਉਹਦੇ ਬਾਰੇ ਦੱਸੋ, ਜੇ ਨਹੀਂ ਪਤਾ ਤਾਂ ਅਸੀਂ ਕਹਿੰਦੇ ਹਾਂ ਜੀ ਕਵਿਤਾ ਲਿਖਣ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਹਾਂਜੀ ਹਾਂਜੀ, ਨਹੀਂ ਉਹ ਕੋਈ ਨਾ ਤੇ ਉਹਨੇ ਥੱਲੇ ਆਪਣਾ ਕੋਈ ਤਖੱਲਰ ਜਾਂ ਉਹ ਹੀ ਲਿਖਿਆ ਜੀ। ਹਾਂਜੀ ਕਵਿਤਾ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਪਈ ਹੋਈ ਸੀ। ਹਾਂਜੀ ਹਾਂਜੀ ਹਾਂ, ਤੇ ਇਹ ਮਤਲਬ ਐਪ ਹੈਗਾ ਵਾ ਬਣਾਇਆ ਹੋਇਆ, ਐਪ ਬਣਾਈ ਹੋਈ ਉਹਨਾਂ ਨੇ ਜਿਹਦੇ ਵਿੱਚ ਇਹੋ ਜਿਹੀਆਂ ਕਵਿਤਾ ਹੀ ਆਉਂਦੀਆਂ ਸਾਰੀਆਂ। ਸ਼ਬਦ ਗਿਨੇ ਇੱਕ ਜਿਹੜਾ ਉਹ ਐਪਲੀਕੇਸ਼ਨ ਹੈ। ਸਹੀ ਜੀ ਸਹੀ ਜੀ। ਹਾਂਜੀ ਮੈਂ ਹੁਣ ਮੈਂ ਪਹਿਲੀਆਂ ਚਾਰ ਲਾਈਨਾਂ ਪੜ੍ਹ ਦਿੰਦਾ ਜੀ, ਤੇ ਫਿਰ ਆਪਾਂ ਮਤਲਬ ਦੱਸਦੇ ਜੀ। ਸਾਡੇ ਬੱਚੇ ਅੰਗਰੇਜ਼ੀ ਦੇ ਜੁੱਲੀ ਬੈਠੇ ਨੇ, ਮਾਂ ਬੋਲੀ ਪੰਜਾਬੀ ਨੂੰ ਇਹ ਭੁੱਲੀ ਬੈਠੇ ਨੇ। ਆਓ ਪਾਈਏ ਰਲ ਕੇ ਆਪਾਂ ਬਾਤ ਪੰਜਾਬੀ ਦੀ, ਸਾਡੇ ਗੁਰੂਆਂ ਬਖਸ਼ੀ ਸਾਨੂੰ ਦਾਤ ਪੰਜਾਬੀ ਦੀ। ਹਾਂਜੀ ਤਾਂ ਬਹੁਤ ਸੋਹਣਾ ਜੀ ਪਹਿਲੇ ਚਾਰ ਲਾਈਨਾਂ ਜੀ ਇਹਦੀਆਂ, ਤਾਂ ਅਗਲੀਆਂ ਲਾਈਨਾਂ ਦੇਖਦੇ ਜੀ ਆਪਾਂ। ਇਹਦੇ ਚ ਡੁੱਲੀ ਬੈਠੇ ਲਫਜੇ ਵਰਤਿਆ ਗਿਆ, ਡੁੱਲੀ ਡੁੱਲ ਜਾਣਾ ਕਿਸੇ ਤੇ, ਡੋਲ ਜਾਣਾ ਡੁੱਲ ਜਾਣਾ, ਜਾਂ ਮਤਲਬ ਉਹਨੂੰ ਸਮਰਪਣ ਕਰਦੇ। ਬਿਲਕੁਲ ਜੀ ਬਿਲਕੁਲ। ਹਾਂਜੀ ਹਾਂਜੀ, ਤਾਂ ਹੁਣ ਅੱਗੇ ਆਉਣੇ, ਅੱਗੇ ਅੱਗੇ ਕੀ ਕਹਿੰਦੇ ਜੀ। ਹਾਂਜੀ ਹਾਂ, ਇਹ ਦੇਖੋ ਜੀ ਕੀ ਹੁੰਦਾ ਮਟਮੈਲਾ ਤੇ ਕਸਮੈਲਾ ਕੀ ਹੁੰਦਾ ਹੈ, ਹੁੰਦਾ ਬੱਚਿਆਂ ਨੂੰ ਸਮਝਾਈਏ ਚੱਕਾ ਰੈਲਾ ਕੀ ਹੁੰਦਾ, ਕੀ ਹੁੰਦਾ ਹੈ ਭਾਂਡਾ ਟੀਂਡਾ ਜੁੱਲੀ ਕੀ ਹੁੰਦੀ, ਕੀ ਹੁੰਦਾ ਹੈ ਧਾਰਾ ਕੁੱਲੀ ਗੁੱਲੀ ਕੀ ਹੁੰਦੀ, ਲਿਚ ਗੜੀਚੀ ਕੀ
ਤੇ ਘਾਲਾ ਮਾਲਾ ਕੀ ਹੁੰਦੇ। ਹਾਂਜੀ ਇਹ ਪੰਜ ਲਾਈਨਾਂ ਇਹਦੇ ਵਿੱਚ ਕਾਫੀ ਸ਼ਬਦ ਆ ਗਏ ਨੇ। ਹਾਂਜੀ ਹਾਂਜੀ ਵਰਿਆਮ ਸਿੰਘ ਸ਼ੁਰੂ ਕਰੀਏ ਜੀ, ਮਟਮੈਲਾ ਉਹ ਕੀ ਹੁੰਦਾ ਜੀ? ਮਟਮੈਲਾ ਮਿੱਟੀ ਨਾਲ ਲਿਬੜਿਆ ਜਾਂ ਮਿੱਟੀ ਦੇ ਰੰਗ ਵਰਗਾ ਜਿਹੜਾ ਹੋ ਜਾਂਦਾ, ਜਿੱਦਾਂ ਮਟਮੈਲੇ ਰੰਗ ਦਾ। ਹਾਂਜੀ ਮਿੱਟੀ ਦਾ ਜਿੱਦਾਂ ਦਾ, ਮਿੱਟੀ ਦਾ ਕਿਸੇ ਦਾ ਰੰਗ ਹੋਊਗਾ ਜੇ ਓਦਾਂ ਦਾ ਹੋਊਗਾ ਤਾਂ ਮਟਮੈਲਾ ਹੀ ਮੰਨਿਆ ਜਾਊਗਾ। ਉਹ ਅਲੱਗ ਅਲੱਗ ਹੋ ਸਕਦਾ, ਕਿਤੇ ਮਿੱਟੀ ਦਾ ਰੰਗ ਲਾਲ ਵੀ ਹੁੰਦਾ, ਕਿਤੇ ਚਿੱਟਾ ਹੈ, ਕਿਤੇ ਕੁਛ ਹੈ। ਹਾਂਜੀ ਆਮ ਤੌਰ ਤੇ ਆਪਣੀ ਆਪਣੀ ਮਿੱਟੀ ਇੱਥੇ ਜਿਹੜੀ ਆ ਉਹ ਏਦਾਂ ਬਈ ਪੱਗੇ ਰੰਗ ਦੀ ਜਾਂ ਥੋੜੀ ਹਾਂਜੀ ਹਾਂਜੀ ਕਿਸੇ ਰੰਗ ਚ ਆ, ਤਾਂ ਆਪਾਂ ਉਹਨੂੰ ਹੀ ਕਵਾਂਗੇ ਮਟਮੈਲਾ ਰੰਗ ਜਿਹੜਾ। ਸਹੀ ਜੀ, ਅੱਗੇ ਆ ਜਾਂਦੇ ਜੀ ਕਸਮੈਲਾ, ਇਹ ਤਾਂ ਮੈਂ ਸੁਣਿਆ ਜੀ। ਹਾਂ ਕਸਮੈਲਾ, ਕੱਪੜਾ ਕਸਮੈਲਾ ਹੋ ਜਾਣਾ ਬੱਚਿਆਂ ਨੂੰ ਸਮਝਾਈਏ ਚੱਕਾ ਰੈਲਾ ਕੀ ਹੁੰਦਾ। ਚੱਕਾ ਚੱਕਾ ਪਹੀਆ, ਪਹੀਆ ਜੀ, ਚੱਕੇ ਨੂੰ ਪਹੀਆ ਹੀ ਕਹਿੰਦੇ ਸੀ, ਹੁਣ ਵੀ ਕਹਿੰਦੇ ਚੱਕਾ ਹੀ ਕਹਿੰਦੇ ਆ ਹੁਣ ਵੀ, ਤੇ ਰੈਲਾ ਹੁੰਦਾ ਜਦੋਂ ਮਤਲਬ ਆਪਾਂ ਉਹਨੂੰ ਗਰੀਸ ਵਗੈਰਾ ਦੇ ਦਿੰਦੇ ਆ ਤਾਂ ਬੜਾ ਹੌਲਾ ਹੋ ਜਾਂਦਾ। ਹਾਂਜੀ ਹਾਂਜੀ, ਕਈ ਵਾਰ ਚੱਲਦਾ ਚੱਲਦਾ ਚੱਕਾ ਜਾਮ ਹੋਣ ਲੱਗ ਜਾਂਦਾ, ਜੋ ਸੁੱਕ ਜਾਂਦਾ ਵਿੱਚੋਂ ਗੋਲੀਆਂ ਉਹਦੀਆਂ, ਤੇ ਫਿਰ ਉਹਨੂੰ ਆਪਾਂ ਤੇਲ ਦਿੰਦੇ ਉਹ ਰੈਲਾ ਹੋ ਜਾਂਦਾ। ਇਹ ਰੈਲਾ ਲੱਗ ਜਾਓ ਉਹਦੇ ਵਿੱਚ। ਹਾਂਜੀ ਮੈਂ ਪਿੰਡ ਵਿੱਚ ਗੱਡਾ ਗੱਡੇ ਨੂੰ ਗੱਡੇ ਦੇ ਪਹੀਏ ਕੱਢ ਕੇ ਤੇਲ ਦਿੰਦੇ ਦੇਖਿਆ, ਚਾਰ ਪੰਜ ਬੰਦੇ ਕੱਢਦੇ ਤਾਂ ਉਹਦੇ ਲਈ ਇੱਕ ਸਪੈਸ਼ਲ ਲਫ਼ਜ਼ ਹੁੰਦਾ ਉਹਦੇ ਲਈ ਉਹਦਾ। ਹਾਂਜੀ ਮੈਨੂੰ ਪਤਾ, ਗੱਡੇ ਨੂੰ ਵਾਂਗਣਾ ਕਹਿੰਦੇ ਜੀ। ਹਾਂ ਗੱਡਾ ਵਾਂਗਣਾ, ਹਾਂਜੀ ਗੱਡਾ ਵਾਂਗਿਆ ਜਾਂਦਾ ਸੀਗਾ, ਤੇ ਹੁਣ ਵੀ ਜਦੋਂ ਕਿਸੇ ਨੂੰ ਗੁੱਸੇ ਗੁੱਸੇ ਚ ਕਹਿ ਦੇਈਦਾ ਮੈਂ ਤੈਨੂੰ ਵਾਂਗ ਦੇਣਾ। ਭਾਂਡਾ ਟਿੰਡਾ ਆਪਣਾ ਘਰ ਦਾ ਨਿਕਸ ਸਮਾਨ ਜਿਹੜਾ ਆਪਾਂ ਘਰ ਚ ਹੁੰਦਾ ਜਿੰਨਾ। ਹਾਂਜੀ ਮੈਂ ਭੁੱਲ ਗਿਆ ਸੀ, ਭਾਂਡਾ ਟਿੰਡਾ ਜੁੱਲੀ ਕੀ ਹੁੰਦੀ, ਕੀ ਹੁੰਦਾ ਢਾਰਾ, ਕੁੱਲੀ ਗੁੱਲੀ ਕੀ ਹੁੰਦੀ? ਹਾਂਜੀ ਹਾਂਜੀ ਹਾਂਜੀ, ਭਾਂਡਾ ਟੀਂਡਾ ਤੁਹਾਨੂੰ ਪਤਾ ਰਸੋਈ ਚ ਹੁੰਦੇ ਜੀ, ਭਾਂਡੇ ਟੀਂਡਾ ਹੁੰਦਾ ਜੀ। ਇਹ ਤਾਂ ਇਹ ਭਾਂਡੇ ਟਿੰਡੇ ਵਾਲਾ ਲਫ਼ਜ਼ ਜਿਹੜਾ ਤੁਸੀਂ ਥੋੜਾ ਜਿਹਾ, ਭਾਂਡਾ ਟਿੰਡਾ ਲਫ਼ਜ਼ ਜਿਹੜਾ ਆਪਾਂ ਬੱਚਿਆਂ ਨੂੰ ਜਦੋਂ ਹਾਲੀ ਉਹ ਬੋਲਣਾ ਵੀ ਨੀ ਨਾ ਸਿੱਖਦੇ, ਉਦੋਂ ਹੀ ਸਿਖਾਉਣਾ ਸ਼ੁਰੂ ਕਰ ਦਿੰਦੇ ਆ। ਉਹ ਜਦੋਂ ਲੱਤਾਂ ਤੇ ਉਹਨੂੰ ਲਟਾ ਕੇ ਤੇ ਫਿਰ ਉਹ ਹੂਟੇ ਮਾਟੇ ਕਰਾਈ ਦੇ ਨਾ, ਉਹਦੇ ਚ ਆਉਂਦਾ ਲਫ਼ਜ਼ ਭਾਂਡੇ ਟਿੰਡੇ, ਉੱਠ ਮਾਈਓ ਕੁੜੀਓ ਭਾਂਡੇ ਟਿੰਡੇ ਸਾਂਭ ਲਓ। ਹਾਂਜੀ ਹਾਂਜੀ ਹਾਂਜੀ, ਜੋ ਬੱਚੇ ਦਾ ਨਾਂ ਲੈ ਕੇ ਵੀ ਉਹਦੀ ਗੱਡ ਆ ਗਈ ਇਹਦੀ, ਤੇ ਹੁਣ ਤੁਸੀਂ ਇਹਨੂੰ ਸਾਂਭ ਲਓ ਸਾਰਾ ਕੁਛ। ਸਹੀ ਜੀ, ਇਹ ਭਾਂਡਾ ਟਿੰਡਾ ਆਪਾਂ ਸ਼ੁਰੂ ਤੋਂ ਹੀ ਬੋਲਦੇ ਆ ਬਚਪਨ ਤੋਂ। ਹਾਂਜੀ ਕੁੱਲੀ ਪਹਿਲਾਂ ਜੁੱਲੀ ਜੀ, ਜੁੱਲੀ ਕੀ ਹੁੰਦੀ ਆ? ਜੁੱਲੀ ਰਜਾਈ ਹੋ ਗਈ, ਹਾਂ ਰਜਾਈ ਹੋ ਗਈ ਜੁੱਲੀ। ਇਹਨੇ ਆਪਣਾ ਸੀਰ ਢੱਕਿਆ ਹੁੰਦਾ ਸੌਣ ਵੇਲੇ। ਹਾਂਜੀ ਹਾਂਜੀ, ਜੁਲਾਇਆ ਜਿਹੜਾ ਜੁਲਾਏ ਨੇ ਹੁਣੀ ਜੁੱਲੀ, ਉਹ ਵੇਖ ਲਓ ਉੱਧਰ ਜੁੜਦਾ ਉਹਦੇ ਨਾਲ ਜੁਲਾਏ ਨਾਲ। ਜੁਲਾਏ ਨਾਲ ਜੁੜਦਾ ਕਿਉਂਕਿ ਕੱਪੜਾ ਉਹੀ ਬੁਣਦੇ ਹੁੰਦੇ ਸੀ। ਹਾਂਜੀ ਜੁੱਲੀ ਨੂੰ ਉਣ ਵਾਲਾ ਜੁਲਾਇਆ ਬਣਾਉਣ ਵਾਲਾ। ਹਾਂਜੀ ਹਾਂਜੀ, ਅੱਗੇ ਜੀ ਕੀ ਕੀ ਹੁੰਦਾ ਢਾਰਾ, ਕੁੱਲੀ ਗੁੱਲੀ ਕੀ ਕੀ ਹੁੰਦੀ? ਹਾਂਜੀ ਹਾਂ, ਢਾਰਾ ਢਾਰਾ ਜਿਹੜਾ ਹੁੰਦਾ ਸੀ ਆਪਾਂ ਛੋਟੇ ਹੁੰਦੇ ਵੇਖਦੇ ਸੀ, ਉਹ ਚਾਰ ਥੰਮੀਆਂ ਗੱਡ ਲੈਣੀਆਂ ਤੇ ਉੱਤੇ ਨਾ ਕਾਨਿਆਂ ਦੀ ਛੱਤ ਪਾ ਲੈਣੀ, ਵੀ ਥੱਲੇ ਡੰਗਰਾਂ ਨੂੰ ਧੁੱਪ ਤੋਂ ਬਚਾਉਣ ਲਈ ਜਾਂ ਕੁਛ ਏਦਾਂ ਦਾ ਵੀ ਉਹਨਾਂ ਧਾਰਾ ਪਾਉਂਦੇ ਹੁੰਦੇ ਸੀਗੇ, ਉਹ ਕਿਸੇ ਕੰਧ ਦੇ ਨਾਲ ਹੀ ਪਾ ਦਿੰਦੇ ਸੀ ਜਾਂ ਰੜੇ ਮੈਦਾਨ ਵਿੱਚ ਚਾਰ ਥੰਮੀਆਂ ਗੱਡ ਕੇ ਪਾ ਲਈ। ਹਾਂਜੀ ਤੇ ਕੁੱਲੀ ਛੋਰਾ ਛੋਰਾ ਵੀ ਕਹਿ ਦਿੰਦੇ ਸੀ, ਢਾਰਾ ਵੀ ਕਹਿ ਦਿੰਦੇ, ਦੋਵੇਂ ਲੱਭ ਜਾਂਦੇ ਨੇ। ਹਾਂਜੀ ਕੁੱਲੀ ਕੁੱਲੀ ਆਪਣੀ ਛੰਨ ਛੰਨਾ ਪੁਰਾਣੀ ਆ ਜਿਹੜੀ ਛੰਨਾ ਚ ਰਹਿੰਦੀ, ਤੇ ਗੁੱਲੀ ਹੋ ਗਈ ਤੁਹਾਡੀ ਜੋ ਖਾਂਦੇ ਆਪਾਂ, ਗੁੱਲੀਆਂ ਪਕਾਉਂਦੇ। ਲੱਕੜ ਦੀ ਗੁੱਲੀ ਹੁੰਦੀ ਇੱਕ, ਗੁੱਲੀ ਰੋਟੀ ਨੂੰ ਵੀ ਕਹਿੰਦੇ, ਉਹ ਮੋਟਾ ਰੋਟੀ ਰੋਟੀ ਨੂੰ ਕੋਲਿਆਂ ਤੇ ਪਕਾਈ ਜਾਂਦੀ ਸੀ, ਬੜੀ ਸਵਾਦ ਹੁੰਦੀ ਸੀ, ਤੇ ਉਹ ਗੁੱਲੀ ਜਿਹੜੀ ਆ ਉਹ ਖਾਣ ਵਾਸਤੇ ਹੁੰਦੀ ਗੁੱਲੀ। ਹਾਂਜੀ ਹਾਂਜੀ, ਅੱਗੇ ਆਉਂਦੇ ਜੀ ਆਪਾਂ, ਲਿਚ ਗਿੜੀਚੀ ਕੀ ਤੇ ਕਾਲਾ ਮਾਲਾ ਕੀ ਹੁੰਦਾ?
ਹਾਂ ਲਿਚ ਗੜਚੀ ਜਿਹੜੀ ਆ ਵੀ ਐਵੇਂ ਬਥਵੀਆਂ ਗੱਲਾਂ ਮਾਰਨੀਆਂ, ਲਿਚ ਗੜਚੀਆਂ ਮਾਰਨੀਆਂ, ਐਵੇਂ ਬਿਨਾ ਮਤਲਬ ਦੀ ਗੱਲਾਂ ਕਰਨੀਆਂ ਲਿਚ ਗੜਚੀ। ਠੀਕ ਹੈ ਜੀ, ਜਿੱਦਾਂ ਅਸੀਂ ਕਰਦੇ ਜੀ। ਹਾਂਜੀ ਚਲੋ ਜੀ, ਇਹ ਕਾਲਾ ਮਾਲਾ ਤਾਂ ਉਹ ਤਾਂ ਪਤਾ ਹੀ ਹੈ ਜੀ। ਹਾਂ ਉਹ ਤਾਂ ਕੋਈ ਬੇਈਮਾਨੀ ਜਾਂ ਕਿਸੇ ਨਾਲ ਕੋਈ ਉਹ ਕਰ ਲੈਣਾ ਜਿਹੜਾ ਕਾਲਾ ਮਾਲਾ ਕਰ ਦੇਣਾ। ਹਾਂਜੀ ਹਾਂਜੀ, ਲਓ ਜੀ ਹੁਣ ਅੱਗੇ ਅੱਗੇ ਤੁਰਦੇ ਕੀ ਕਹਿੰਦੇ ਜੀ ਅੱਗੇ। ਕੰਨਾ ਕੇਸਲ, ਹਾਂਜੀ ਅੱਗੇ ਕੰਨਾ ਕੇਸਲ ਆ ਗਿਆ, ਚਿਕੰਨੀ ਕੰਨੀ ਕੇਸਲ ਮਾਰ ਜਾਣਾ, ਕਿਸੇ ਦੀ ਗੱਲ ਨਾ ਸੁਣਨੀ ਜਾਂ ਸੁਣ ਕੇ ਵੀ ਅਣਸੁਣੀ ਕਰ ਦੇਣੀ ਗੱਲ, ਉਹ ਕੰਨਾ ਕੇਸਲ ਮਾਰਨਾ ਹੁੰਦਾ। ਹਾਂਜੀ ਤੇ ਹਾਂਜੀ, ਹਾਂਜੀ ਇੱਕ ਰਹਿ ਗਿਆ ਥੋੜਾ ਜਿਹਾ, ਰਹਿ ਗਿਆ ਥੋੜੀ ਜਿਹੀ। ਅੱਛਾ ਜੀ, ਮੈਂ ਪਿੱਛੇ ਪਿੱਛੇ ਕੰਨਾ ਕੇਸਲ ਹੋ ਗਿਆ ਤੇ ਆਲਾ ਟਾਲਾ ਕੀ ਹੁੰਦਾ? ਆਲਾ ਟਾਲਾ, ਆਲਾ ਟਾਲਾ ਆਲਾ ਟਾਲਾ ਕਰਨਾ ਕਿਤੇ ਗੱਲ ਨੂੰ ਮਤਲਬ ਉਹਦੇ ਤੋਂ ਹਾਂਜੀ ਭਾਨੇਬਾਜ਼ੀ ਕਰ ਲੈਣਾ, ਭਾਨੇਬਾਜ਼ੀ ਕਰਨਾ ਕਿਸੇ ਚੀਜ਼ ਤੋਂ, ਆਲਾ ਟਾਲਾ ਕਰਦਾ ਵੀ ਨਹੀਂ ਮੈਂ ਠੀਕ ਨੀ ਗਾ, ਮੈਂ ਫਲਾਣੇ ਥਾਂ ਜਾਣਾ, ਵੀ ਉਹਨੂੰ ਅਗਲੇ ਨੂੰ ਕਹਿ ਦੇਣਾ ਵੀ ਨਹੀਂ ਮੈਂ ਨੀ ਆ ਸਕਦਾ। ਹਾਂਜੀ, ਸਾਡੇ ਕਹਿੰਦੇ ਜੀ ਟਾਲ ਮਟੋਲਾ, ਟਾਲ ਮਟੋਲ। ਹਾਂ ਟਾਲ ਮਟੋਲ, ਹਿੰਦੀ ਚ ਟਾਲ ਮਟੋਲ ਲਿਖਦੇ ਆ ਪਰ ਆਪਾਂ ਆਲਾ ਟਾਲਾ ਕਹਿੰਦੇ। ਹਾਂਜੀ ਹਾਂਜੀ, ਹੁਣ ਆ ਜੀ ਇੱਥੇ ਜੀ 1240 ਕੀ ਹੁੰਦੀ? ਬੰਨੀ ਕੀ ਹੁੰਦੀ? ਬੁੰਨੀ, ਹਾਂਜੀ ਬੁੰਨੀ, ਹਾਂਜੀ ਹਾਂਜੀ ਬਾਰਾਂ ਤਾਲੀ ਉਹ ਕਹਿ ਦਿੰਦੇ, ਜੇ ਤੂੰ 1240 ਤੇ ਮੈਂ 1343 ਜਾਂ ਮੈਂ 1393, ਏਦਾਂ ਕੁਛ ਹੁੰਦਾ ਮਤਲਬ ਇੱਕ ਦੂਜੇ ਤੋਂ ਵਧਾ ਚੜਾ ਕੇ ਦੱਸਣਾ ਆਪਣੇ ਨੂੰ। ਹਾਂਜੀ, ਬੁੰਨੀ ਲਫ਼ਜ਼ ਜਿਹੜਾ ਵਾ ਇਹ ਹੁੰਦਾ ਵਾ ਕੁੜੀਆਂ ਲਈ ਵਰਤਿਆ ਜਾਂਦਾ, ਪਰ ਗੱਲ ਸੁਣੋ ਇਹ ਤਾਂ ਫਿਰ ਔਰਤਾਂ ਲਈ ਬੁੰਨੀ ਆ ਤੇ ਬੰਦੇ ਲਈ ਬੁੰਨਾ ਕਿ ਨੀ ਹੋਇਆ? ਨਹੀਂ ਹੁੰਦਾ ਹੋਊਗਾ ਪਰ ਉਹ ਘੱਟ ਵਾ, ਕਿਉਂਕਿ ਕੁੜੀਆਂ ਘਰਾਂ ਚ ਰਹਿੰਦੀਆਂ ਸੀ, ਮਾਈਆਂ ਉਹਨਾਂ ਨਾਲ ਹੀ ਜ਼ਿਆਦਾ ਕਰਦੀਆਂ ਸੀ ਜਾਂ ਉਹ ਕੰਮ ਕਾਰ ਉਹਨਾਂ ਨੂੰ ਦੱਸਦੀਆਂ ਸੀ, ਉਹ ਨਹੀਂ ਸੀ ਸੁਣਦੀਆਂ ਕਿਉਂਕਿ ਫਿਰ ਉਹਨਾਂ ਬੁੰਨੀ ਜੀ ਕੋਈ ਸੁਣਦੀ ਨੀ ਜਾਂ ਕਿੱਦਾਂ। ਚਲੋ ਜੀ ਅੱਗੇ 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 ਹੋਰ ਆ ਗਿਆ ਜੀ, ਹਿਰਨਾ ਆਖੀ ਕੀ ਹੁੰਦੀ, ਚੁੰਨੀ ਕੀ ਹੁੰਦੀ? ਹਿਰਨਾਖੀ ਤੇ ਹੋ ਗਈ ਵੱਡੀਆਂ ਵੱਡੀਆਂ ਅੱਖਾਂ, ਮੋਟੀਆਂ ਮੋਟੀਆਂ ਅੱਖਾਂ ਹੋਣ ਜਿਹਦੀਆਂ, ਤੇ ਚੁੰਨੀ ਹੁੰਦੀ ਹੈ, ਚੁੰਨੀ ਹੁੰਦੀ ਛੋਟੀਆਂ ਅੱਖਾਂ ਵਾਲੀ, ਬਿਲਕੁਲ ਚੁੰਨੀ। ਹਾਂ ਜਿੱਦਾਂ ਜਿੱਦਾਂ ਆਪਣੇ ਅੱਖਾਂ ਤੇ ਲਾਈਟ ਪੈ ਜਾਂਦੀ ਇੱਕਦਮ ਤੇਜ਼ ਲਾਈਟ ਪੈ ਤੇ ਅੱਖਾਂ ਛੋਟੀਆਂ ਹੋ ਜਾਂਦੀਆਂ ਨੇ, ਉਹ ਕਹਿ ਦਿੰਦੇ ਅੱਖਾਂ ਚੁੰਨੀਆਂ ਹੋ ਗਈਆਂ। ਹਾਂਜੀ ਬਿਲਕੁਲ ਜੀ, ਬੰਦਿਆਂ ਤੇ ਵੀ ਟੁੱਕ ਸਕਦਾ ਜੀ ਹਿਰਨਾ ਆਖੀ, ਸਾਰਿਆਂ ਤੇ ਟੁੱਕਦਾ ਬੰਦਿਆਂ ਤੇ ਅੱਖਾਂ ਚੁੰਨੀਆਂ ਆ ਜਾਣਾ, ਆਪਾਂ ਹੁਣ ਉਹ ਆਪਾਂ ਵਰਤਦੇ ਨੀ ਨਾ, ਜਦੋਂ ਲਾਈਟ ਤੇਜ਼ ਲਾਈਟ ਅੱਖ ਤੇ ਪੈਂਦੀ ਆਪਣੀ ਅੱਖਾਂ ਰਿਐਕਟ ਕਰਦੀਆਂ ਆਪਣੇ ਆਪ ਹੀ ਬੰਦ ਹੋ ਜਾਂਦੀਆਂ, ਵੀ ਉਹਨੀ ਥੋੜੀ ਲਾਈਟ ਅੰਦਰ ਜਾਏ ਉਹ ਫਿਰ ਚੁੰਨਾ ਹੋ ਜਾਣਾ ਉਹਨੂੰ ਉਹਨੂੰ ਕਹਿੰਦੇ। ਹੁਣ ਚੁੰਨੀ ਕੁੜੀਆਂ ਲਈ ਤੇ ਚੁੰਨਾ ਬਣ ਗਿਆ ਮੁੰਡਿਆਂ ਲਈ। ਹਾਂਜੀ ਚਲੋ ਬਿਲਕੁਲ, ਅੱਗੇ ਉਹਨੇ ਜੀ ਕੀ ਹੁੰਦਾ ਇਹ ਅੰਮ੍ਰਿਤ ਵੇਲਾ, ਸਦਗੀ ਵੇਲਾ ਕੀ? ਹਾਂ ਅੰਮ੍ਰਿਤ ਵੇਲਾ ਜਿਹੜਾ ਪਹਿਲਾ ਪੈਰ ਆਖਰੀ ਪੈਰ ਹੁੰਦਾ ਰਾਤ ਦਾ, ਮਤਲਬ 3-4 ਵਜੇ ਦਾ ਟਾਈਮ ਜਿਹੜਾ ਹੈ ਅੰਮ੍ਰਿਤ ਵੇਲਾ। ਹਾਂਜੀ ਸਰਗੀ ਵੇਲਾ ਜਦੋਂ ਸੂਰਜ ਚੜਨ ਲੱਗਦਾ, ਸਰਗੀ ਵੇਲਾ ਜਦੋਂ ਉੱਥੋਂ। ਸਹੀ ਜੀ ਸਹੀ ਜੀ। ਹਾਂਜੀ ਅੱਗੇ ਉਹਨੇ ਅੱਗੇ ਉਹਨੇ ਕੀ ਹੁੰਦਾ ਹੈ ਡੇਲਾ, ਕੀ ਹੁੰਦਾ ਹੈ ਡੇਲਾ, ਹੁੰਦਾ ਝਾੜ ਕਰੇਲਾ ਕੀ? ਹਾਂ ਝਾੜ ਕਰੇਲਾ, ਡੇਲਾ, ਡੇਲੇ ਦੇ ਦੋ ਅਰਥ ਹੈ ਜੀ, ਇੱਕ ਡੇਲਾ ਤੇ ਆਪਣੇ ਅੱਖ ਦਾ ਹੀ, ਇਹਨੂੰ ਡੇਲਾ ਕਹਿੰਦੇ, ਡੇਲੇ ਦਾ ਮਤਲਬ ਹੈ ਗੋਲ ਗੋਲ। ਅੱਛਾ ਜੀ, ਹਾਂ ਟੇਲਾ ਜਿਹੜਾ ਅੱਖ ਦਾ ਵੀ ਹੁੰਦਾ ਤੇ ਡੇਲਾ ਕਰੀਰ ਦਾ ਵੀ ਹੁੰਦਾ ਜਿਹਦਾ ਅਚਾਰ ਪਾ ਕੇ ਖਾਂਦੇ ਆ। ਅੱਛਾ ਜੀ, ਉਹ ਮੈਂ ਸੁਣਿਆ ਨਹੀਂ, ਉਹ ਵੀ ਡੇਲਿਆਂ ਦਾ ਅਚਾਰ ਆਮ ਮਿਲਦਾ ਮਾਰਕੀਟ ਦੇ ਵਿੱਚ, ਸਵਾਦ ਹੁੰਦਾ ਬਹੁਤ। ਹਾਂਜੀ ਹਾਂਜੀ,
ਇਹਦਾ ਮਤਲਬ ਡੇਲਾ ਡੇਲਾ ਫਿਰ ਸਬਜ਼ੀ ਵੀ ਹੈ ਜਿਹਦਾ ਡੇਲਾ ਡੇਲਾ ਹਾਂ ਸਬਜ਼ੀ ਅਚਾਰ ਕੁਛ ਕਹਿ ਲਓ ਮਤਲਬ ਫਲ ਹੈਗਾ ਕਰੀਰ ਕਰੀਰ ਇੱਕ ਰੁੱਖ ਹੁੰਦਾ ਨਾ ਜਿਹਨੂੰ ਪੱਤੇ ਨੀ ਹੁੰਦੇ ਕਰੀਰ ਨੂੰ ਪੱਤੇ ਨੀ ਹੁੰਦੇ ਕਰੀਰ ਦੀਆਂ ਪਾਸੋਂ ਲਗਰਾਂ ਜੀ ਹੁੰਦੀਆਂ ਉਹਨਾਂ ਦੇ ਫੁੱਲ ਖਿੜਦੇ ਫਿਰ ਡੇਲੇ ਲੱਗਦੇ ਉਹਨੂੰ ਡੇਲੇ ਅਸੀਂ ਤੋੜ ਕੇ ਲਿਆਉਂਦੇ ਹੁੰਦੇ ਸੀ ਤੇ ਉਹ ਅਚਾਰ ਪਾਉਂਦੇ ਸੀ ਹਾਂ ਦੇਖੋ ਜੀ ਦਰਸ਼ਕੋ ਮੈਂ ਪਹਿਲੀ ਵਾਰ ਸੁਣਿਆ ਤਾਂ ਆਪਣੇ ਬਰਿਆਮ ਸਿੰਘ ਜੀ ਸਮਝਾ ਰਹੇ ਬਹੁਤ ਅੱਛੀ ਤਰ੍ਹਾਂ ਹੁਣ ਝਾੜ ਕਰੇਲਾ ਕੀ ਝਾੜ ਕਰੇਲਾ ਵੀ ਜੰਗਲੀ ਕਰੇਲੇ ਹੁੰਦੇ ਸੀ ਵੱਲਾਂ ਹੁੰਦੀਆਂ ਸੀ ਜੰਗਲਾਂ ਚ ਰੁੱਖਾਂ ਤੇ ਚੜੀਆਂ ਉੱਥੇ ਕਰੇਲਾ ਹੁੰਦੇ ਸੀ ਉਹਦੇ ਉੱਤੇ ਜਾਂ ਝਾੜੀਆਂ ਦੇ ਉੱਤੇ ਜਾਂ ਵਾੜ ਦੇ ਉੱਤੇ ਚੜੇ ਹੋਏ ਕਰੇਲੇ ਜੰਗਲੀ ਕਰੇਲੇ ਹਾਂਜੀ 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 ਇਹ ਜੰਗਲੀ ਕਰੇਲੇ ਜਾਂ ਉਹਨਾਂ ਨੂੰ ਕੌੜ ਕਰੇਲੇ ਵੀ ਕਹੇ ਕਿਉਂਕਿ ਉਹ ਕੌੜਾ ਸਵਾਦ ਹੁੰਦਾ ਸੀ ਉਹਨਾਂ ਦਾ ਉਹਨਾਂ ਨੂੰ ਕੌੜ ਕਰੇਲੇ ਵੀ ਕਹੀਦਾ ਸੀ ਹਾਂਜੀ ਹਾਂਜੀ ਅੱਗੇ 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 ਉਹਨੇ ਜੀ ਹਮਾ ਦਾਵਾ ਕੀ ਹੁੰਦਾ ਤਿੰਗੋ ਜ਼ੋਰੀ ਕੀ ਹਾਂ ਹਮਾ ਦਾਵਾ ਹੁੰਦਾ ਵੀ ਆਪਣਾਪਣ ਜਿਤਾਉਣਾ ਕਿਸੇ ਦੇ ਅਗਲੇ ਦੇ ਉੱਤੇ ਵਿਆਹ ਮੇਰਾ ਫਲਾਣਾ ਮੇਰਾ ਮੇਰਾ ਏਦਾਂ ਏਦਾਂ ਉਹਦੇ ਹਮਾ ਦਾਵਾ ਰੱਖਣਾ ਕਿਸੇ ਤੇ ਵੀ ਇਹ ਮੇਰੇ ਕੰਮ ਆਊਗਾ ਜਦੋਂ ਮੈਨੂੰ ਲੋੜ ਪਊਗੀ ਮੇਰੇ ਕੰਮ ਜ਼ਰੂਰ ਆਊਗਾ ਹਾਂਜੀ ਹਾਂਜੀ ਉਹਨੂੰ ਹੁੰਦਾ ਉਹ ਹਮਾ ਦਾਵਾ ਰੱਖੀਦਾ ਕਿਸੇ ਨਾ ਕਿਸੇ ਉੱਪਰ ਹਾਂਜੀ ਹਾਂਜੀ ਤਾਂ ਤਿੰਗੋ ਜ਼ੋਰੀ ਕੀ ਤਿੰਗੋ ਜ਼ੋਰੀ ਜ਼ਬਰਦਸਤੀ ਹਾਂਜੀ ਹਾਂਜੀ ਤਿੰਗੋ ਜ਼ੋਰੀ ਕੋਈ ਕੰਮ ਕਰਾਉਣਾ ਕੋਈ ਟੈਕਸ ਕਰਾਉਣਾ ਜਾਂ ਕੋਈ ਵੀ ਸਰਕਾਰ ਕੋਈ ਕਰਦੀ ਏਦਾਂ ਦਾ ਜਾਂ ਕੋਈ ਵੀ ਕਰਦਾ ਉਹਨੂੰ ਤਿੰਗੋ ਜ਼ੋਰੀ ਕਹਿੰਦੇ ਤਿੰਗੋ ਜ਼ੋਰੀ ਕਰਵਾ ਲਿਆ ਧੱਕੇ ਨਾਲ ਕਰਵਾ ਲਿਆ ਅਗਲੇ ਨੇ ਹਾਂਜੀ ਅਗਲੀ ਤੁਸੀਂ ਪੜ੍ਹਦੇ ਮੈਨੂੰ ਦੀਦਾ ਨੀ ਅਰਜ ਹਾਂ ਅਰਜ ਮਜ਼ੂਰੀ ਕੀ ਹੁੰਦੀ ਹੈ ਠੱਗੀ ਠੋਰੀ ਕੀ ਹਾਂਜੀ ਇਹ ਦੱਸਿਓ ਜੀ ਅਰਜ ਮਜ਼ੂਰੀ ਦਾ ਨੀ ਮੈਨੂੰ ਸਮਝ ਲੱਗੀ ਇਹਦੀ ਇਹ ਅਰਜ ਮਜ਼ੂਰੀ ਜਾਂ ਤੇ ਮੰਗ ਕੇ ਖਾਣ ਵਾਲਾ ਹੋਊਗਾ ਕਿਉਂਕਿ ਮੰਗ ਇੱਕ ਮੰਗ ਕੇ ਖਾਣਾ ਤੇ ਇੱਕ ਠੱਗੀ ਠੋਰੀ ਕਰਕੇ ਖਾਣਾ ਉਹ ਦੋਵੇਂ ਲਫ਼ਜ਼ ਇਹਨਾਂ ਨੂੰ ਮਿਲਾਈ ਇੱਥੇ ਏਦਾਂ ਦਾ ਕੋਈ ਇਹਦਾ ਨਿਕਲਦਾ ਹੋਊਗਾ ਅਰਜ ਮਜ਼ੂਰੀ ਹਾਂਜੀ ਹਾਂਜੀ ਵੀ ਅਗਲੇ ਬੇਨਤੀ ਕਰਕੇ ਤੇ ਕਿਸੇ ਕੋਲੋਂ ਲੈਣਾ ਅੱਛਾ ਜੀ ਹਾਂ ਚਲ ਠੱਗੀ ਠੋਰੀ ਦਾ ਤਾਂ ਪਤਾ ਹੀ ਹੈ ਸਾਰਿਆਂ ਨੂੰ ਠੱਗੀ ਠੋਰੀ ਉਹ ਤਾਂ ਪਤਾ ਹੀ ਹਾਂਜੀ ਅੱਗੇ ਆ ਅੱਗੇ ਆ ਲਓ ਜੀ ਫੱਫੇ ਕੁੱਟਣੀ ਕੀ ਹੁੰਦੀ ਖੇਖਣ ਹਾਰੀ ਕੀ ਹਾਂਜੀ ਮੈਂ ਫੱਫੇ ਕੁੱਟਣੀ ਹਾਂਜੀ ਫੱਫੇ ਕੁੱਟਣੀ ਹਾਂਜੀ ਇਹ ਇਹ ਕਾਫੀ ਪਿੰਡਾਂ ਵਿੱਚ ਵਰਤਿਆ ਜਾਂਦਾ ਲਫ਼ਜ਼ ਹਾਂ ਫੱਫੇ ਕੁੱਟਣੀ ਜਿਹੜੀਆਂ ਬਹੁਤ ਫਰੇਬੀ ਜਨਾ ਹੁੰਦੀਆਂ ਨਾ ਬੀਬੀਆਂ ਜਿਹੜੀਆਂ ਵੀ ਕੋਈ ਨਾ ਕੋਈ ਉਹ ਕਰਦੀਆਂ ਰਹਿੰਦੀਆਂ ਚੁਗਲ ਚੁਗਲ ਸੁਣ ਕੇ ਉਧਰ ਲਾਤੀ ਉਧਰ ਦੀ ਉਧਰ ਲਾਤੀ ਉਹਨੂੰ ਕਹਿ ਦਿੰਦੇ ਫਿਰ ਇਹ ਫੱਫੇ ਕੁੱਟਣੀ ਇਹਦੇ ਤੋਂ ਬਚ ਕੇ ਰਹੋ ਹਾਂਜੀ ਤਾਂ ਖੇਖਣ ਹਾਰੀ ਕੀ ਖੇਖਣਹਾਰੀ ਜਿਹੜੀ ਉਹ ਮਤਲਬ ਉਹ ਕਰਦੀ ਆ ਜਾਂ ਚਲਿੱਤਰ ਕਰਦੀ ਆ ਜਿਹੜੀ ਖੇਖਣ ਕਰਨੇ ਚਲਿੱਤਰ ਕਰਨੇ ਹਾਂ ਖੇਖਣ ਕਿੰਨੇ ਖੇਖਣ ਕਰਦੀ ਕਹਿ ਦਿੰਦੇ ਨਾ ਖੇਖਣ ਬੜੇ ਖੇਖਣ ਕਰਦੀ ਆ ਬਣ ਸਵਰ ਕੇ ਰਹਿਣਾ ਜਾਂ ਕੋਈ ਹੋਰ ਏਦਾਂ ਦੀ ਕੋਈ ਚੀਜ਼ ਕਰਨੀ ਵੀ ਅਗਲੇ ਨੂੰ ਅਲੱਗ ਜਿਹਾ ਲੱਗੇ ਉਹ ਖੇਖਣ ਹਾਰੀ ਜਾਂਦਾ ਖੇਖਣ ਅੱਗੇ ਆਉਂਦਾ ਜੀ ਟਾਵਾਂ ਟਾਵਾਂ ਕੀ ਹੁੰਦਾ ਹੈ ਹਾਰੀ ਸਾਰੀ ਕੀ ਟਾਵਾਂ ਟਾਵਾਂ ਮਤਲਬ ਦੂਰ ਦੂਰ ਜਾਂ ਵਿਰਲਾ ਟਾਵਾਂ ਵੀ ਕਹਿ ਦਿੰਦੇ ਉਹਨੂੰ ਵੀ ਜਿਹੜਾ ਵਿਰਲਾ ਟਾਵਾਂ ਤੇ ਹਾਰੀ ਸਾਰੀ ਉਹਦਾ ਹਰੇਕ ਐਵਰੀ ਬੋਡੀ ਜਿੱਦਾਂ ਕਹਿਣਾ ਵੀ ਟਾਵਾਂ ਟਾਵਾਂ ਬੰਦੇ ਸੱਚ ਬੋਲਦਾ ਹਾਂ ਟਾਵਾਂ ਟਾਵਾਂ ਹੀ ਹਾਂ ਜਾਂ ਕੋਈ ਟਾਵਾਂ ਟਾਵਾਂ ਹੀ ਰਹੇ ਟਾਵਾਂ ਟੱਲਾ ਵੀ ਕਹਿ ਦਿੰਦੇ ਆ ਟਾਵਾਂ ਟੱਲਾ ਹਾਂਜੀ 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 ਉਹ ਟੱਲਾ ਸ਼ਬਦ ਵੀ ਇਹਦੇ ਨਾਲ ਵਰਤਿਆ ਜਾਂਦਾ ਤੇ ਟਾਵਾਂ ਟਾਵਾਂ ਦਾ ਮਤਲਬ ਹੈ ਆਪਣੇ ਥੋੜਾ ਥੋੜਾ ਇਹ ਵੀ ਹੋ ਸਕਦਾ ਹਾਂ ਕੋਈ ਕੋਈ ਹਾਰੀ ਸਾਰੀ ਦੇ ਵੱਸ ਦੀ ਗੱਲ ਨੀ ਆ ਜਾਂ ਕੰਮ ਜਿਹੜਾ ਹਾਰੀ ਸਾਰੀ ਦੇ ਵੱਸ ਦਾ ਨੀ ਹੈਗਾ ਵੀ ਹਰ ਕੋਈ ਨੀ ਕਰ ਸਕਦਾ ਹਾਂਜੀ ਅੱਗੇ ਆ ਜੀ ਅੱਗੜ ਪਿੱਛੜ ਕੀ ਹੁੰਦਾ ਗੱਬਾ ਕੀ ਗੱਬਾ ਕੀ ਹੁੰਦਾ ਹਾਂ ਤੇ ਅੱਗੜ ਪਿੱਛੜ ਤਾਂ ਪਤਾ ਹੀ ਅੱਗੇ ਤੇ ਪਿੱਛੇ ਜਿਹੜਾ ਇੱਕ ਲਾਈਨ ਚ ਪਿੱਛੇ ਜੇ ਅੱਗੇ ਪਿੱਛੇ ਅੱਗੜ ਪਿੱਛੜ ਭੱਜਣਾ ਤੁਰਨਾ ਜਾਂ ਪਹਿਲਾਂ ਇੱਕ ਆ ਗਿਆ ਪਿੱਛੇ ਦੂਜਾ ਆ ਗਿਆ ਫਿਰ ਕਹਿੰਦੇ ਅੱਗੜ ਪਿੱਛੜੀ ਆ ਗਏ ਏਦਾਂ ਹਾਂਜੀ ਹਾਂਜੀ ਗੱਬਾ ਹੁੰਦਾ ਵਿਚਕਾਰਲਾ
ਬਿਲਕੁਲ 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 ਸਹੀ ਜੀ ਸਹੀ ਇਹ ਸਾਡੇ ਦੁਆਬੇ ਦਾ ਹਾਂਜੀ ਗੱਬਾ ਜੀ ਹਾਂਜੀ ਅੱਗੇ ਜੀ ਚਿਤਰਾ ਮਿਸਰਾ ਡੱਬ ਖੜੱਬਾ ਕੀ ਹਾਂ ਚਿਤਰਾ ਮਿਤਰਾ ਉਹੀ ਰੰਗ ਬਿਰੰਗਾ ਕਈ ਰੰਗਾਂ ਦਾ ਜਿੱਦਾਂ ਚਿਤਰ ਮਿਤਰਾ ਜਿਹਾ ਡੱਬ ਖੜੱਬਾ ਜਿਹੜਾ ਉਹ ਡੱਬੇ ਹੁੰਦੇ ਮਤਲਬ ਥੋੜੇ ਵੱਡੇ ਵੱਡੇ ਹੁੰਦੇ ਆ ਉਹਦੇ ਜਿੱਦਾਂ ਖੇਤ ਹੁੰਦੇ ਸੀ ਡੱਬ ਖੜੱਬੇ ਖੇਤ ਕਈ ਰੰਗਾਂ ਦਾ ਮਤਲਬ ਰੰਗ ਬਣਦਾ ਕਿਸ ਨੂੰ ਕਹਿੰਦੇ ਨੇ ਸਰਸਾਈ ਕੀ ਹੁੰਦੀ ਹੈ ਹਾਂ ਇਹ ਦੋਵੇਂ ਖੇਤੀਬਾੜੀ ਦੇ ਹੈ ਜੀ ਮਰਲਾ ਵੀ ਜਿਹੜਾ ਇੱਕ ਮਰਲਾ ਕਿੱਲੇ ਚ ਜਿੱਦਾਂ 160 ਮਰਲੇ ਕਨਾਲ ਚ 20 ਮਰਲੇ ਹੁੰਦੇ ਹਨਾ ਤੇ ਸਰਸਾਈ ਵੀ ਏਦਾਂ ਦਾ ਹੀ ਕੁਛ ਹੈਗਾ ਕਿਉਂਕਿ ਨੀਰ ਘੱਟ ਹੀ ਹੁਣ ਅੱਜ ਕੱਲ ਵਰਤਦੇ ਆਪਾਂ ਤੇ ਵਰਤਦੇ ਨੀ ਨਾ ਇਹਨਾਂ ਚੀਜ਼ਾਂ ਨੂੰ ਸਰਸਾਈਆਂ ਹੁੰਦੀਆਂ ਸੀਗੀਆਂ ਪਹਿਲਾਂ ਵੀ ਇੰਨੀਆਂ ਸਰਸਾਈਆਂ ਉਹ ਮਰਲਿਆਂ ਚ ਮਰਲੇ ਬਣਦੇ ਸੀ ਉਹਦੇ ਕੋਈ ਮੈਂ ਸੁਣਿਆ ਕਈ ਮਰਲੇ ਜਿਹੜੇ ਆਪਣੇ ਪਤਾ ਨੀ ਕੁਛ ਮਰਲਿਆਂ ਦੀ ਸਰਸਾਈ ਹੈ ਹਾਂਜੀ ਕਈ ਕਈ ਮਰਲੇ ਹੋਰ ਤਰ੍ਹਾਂ ਗਿਣਦੇ ਨੇ ਕਈ ਦੂਰ ਦੂਰ ਜਾਓ ਨਾ ਮਰਲੇ ਦਾ ਮਤਲਬ ਹੋਰ ਕੱਢਦੇ ਨੇ ਮਤਲਬ ਉਹਦਾ ਹਾਂਜੀ ਕੀ ਹੁੰਦਾ ਹਰਜਾਨਾ ਭਰਪਾਈ ਕੀ ਹੁੰਦੀ ਹਰਜਾਨਾ ਤੇ ਹੋ ਗਿਆ ਸਿੱਧਾ ਜੁਰਮਾਨਾ ਮਤਲਬ ਤੁਹਾਨੂੰ ਹਰਜਾਨਾ ਭਰਨਾ ਜੁਰਮਾਨਾ ਜਿਹੜਾ ਪੈ ਜਾਣਾ ਕੋਈ ਦੰਡ ਲੱਗ ਜਾਣਾ ਹੈ ਨਾ ਤੇ ਭਰਪਾਈ ਹੁੰਦੀ ਆ ਤੁਸੀਂ ਮੁਆਵਜ਼ਾ ਦੇਣਾ ਵੀ ਉਹਨੂੰ ਉਹਦਾ ਘਾਟਾ ਪੈ ਗਿਆ ਇੰਨਾ ਘਾਟਾ ਪੈ ਗਿਆ ਇਹਨੂੰ ਪੂਰਾ ਕਰੋ ਮਾਂ ਬੋਲੀ ਹੈ ਸਾਗਰ ਇਸ ਵਿੱਚ ਗੋਤ ਲਾ ਕੀ ਤੁਸੀਂ ਪੜ੍ਹਿਓ ਤਾਂ ਜੀ ਉਪਰਲੀ ਲਾਈਨ ਇਸ ਵਿੱਚ ਗੋਤਾ ਲਾ ਲਈਏ ਸਮੁੰਦਰ ਮਾਂ ਬੋਲੀ ਹੈ ਸਾਗਰ ਇਸ ਵਿੱਚ ਗੋਤਾ ਲਾ ਲਈਏ ਚੁਣ ਚੁਣ ਹੀਰੇ ਮੋਤੀ ਆਪਣੀ ਝੋਲੀ ਪਾਲੀ ਜਿਹੜੀ ਅੱਖਰਾਂ ਦਾ ਸਮੁੰਦਰ ਹੀ ਹੈ ਇੱਕ ਲਫਜਾਂ ਦਾ ਸਮੁੰਦਰ ਹੈ ਇਹਦੇ ਚ ਗੋਤਾ ਲਾਓਗੇ ਤੇ ਬੜਾ ਕੁਛ ਲੱਭੂਗਾ ਹੀਰੇ ਮੋਤੀ ਕੀਮਤੀ ਬਹੁਤ ਲਫਜ ਤੁਹਾਨੂੰ ਮਿਲਣਗੇ ਇਹਦੇ ਵਿੱਚ ਉਹ ਸਾਨੂੰ ਆਪਣੇ ਸਾਂਭ ਕੇ ਰੱਖ ਲੈਣੇ ਚਾਹੀਦੇ ਆ ਹੁਣ ਆਪਣੀਆਂ ਸਾਡੀਆਂ ਦੇਖੋ ਪੰਜਾਬੀ ਮੇਰਾ ਖਿਆਲ ਜਿਹੜੀ ਆ ਇਹ ਬਾਕੀਆਂ ਦਾ ਤਾਂ ਮੈਨੂੰ ਪਤਾ ਨੀ ਵੀ ਹੋਰ ਪਰ ਪੰਜਾਬੀ ਦੀਆਂ ਲਗਭਗ 28 ਜਾਂ 30 ਜਿਹੜੀਆਂ ਉਪ ਬੋਲੀਆਂ ਵਾ ਜਿਹੜੀਆਂ ਇਲਾਕਾਈ ਜ਼ਬਾਨਾਂ ਛੋਟੀਆਂ ਉਹਨਾਂ ਦੇ ਵਿੱਚ ਇੰਨੇ ਅੱਖਰ ਹੋਣਗੇ ਇੱਕ ਹੀ ਚੀਜ਼ ਲਈ ਕਈ ਕਈ ਅੱਖਰ ਆਪਾਂ ਇਹਦਾ ਮਤਲਬ ਜੇ ਖੋਜ ਕਰਨ ਤੁਰੀਏ ਤੇ ਆਪਾਂ ਨੂੰ ਇੱਕ ਚੀਜ਼ ਵਾਸਤੇ ਕਈ ਕਈ ਨਾਮ ਮਿਲਣਗੇ ਉਹਦੇ ਪੰਜਾਬ ਦੇ ਵਿੱਚ ਹੀ ਤੁਸੀਂ ਸਹੀ ਕਿਹਾ ਜੀ ਪੁਰਾਣੇ ਵੇਲੇ ਕਹਿੰਦੇ ਸੀਗੇ ਜਿਹੜੀ ਬੋਲੀ ਨੌ ਕੋ ਤੇ ਬਦਲਦੀ ਹੈ ਹਾਂਜੀ ਹਾਂਜੀ ਆ 12 ਕੋ ਜਾਂ 9 ਕੋ ਇਦਾਂ ਕੁਝ ਕਹਿੰਦੇ ਹੁੰਦੇ ਤਾਂ ਦੇਖੋ ਜੀ ਆਪਣੇ 12 ਕੋ ਤੇ ਬੋਲੀ ਬਦਲ ਜਾਂਦੀ ਹਾਂਜੀ ਹਾਂਜੀ ਬਿਲਕੁਲ 24 ਮਤਲਬ ਵੀ ਉਹ 24-25 ਕਿਲੋਮੀਟਰ ਤੇ ਬੋਲੀ ਬਦਲੇ ਕਿਉਂਕਿ ਉਹ ਦਰਿਆ ਮਤਲਬ ਤੇ ਦਰਿਆਵਾਂ ਦਾ ਹੁੰਦਾ ਸੀ ਮੇਨ ਜੀ ਜਿੱਥੇ ਦਰਿਆ ਆ ਗਿਆ ਉੱਥੇ ਇਲਾਕਾ ਬੰਦ ਤੇ ਉਹ ਉਧਰ ਤੇ ਉਧਰ ਤੇ ਇਧਰ ਤੇ ਉਧਰ ਉਹ ਆਪੋ ਆਪਣੀ ਉਹਨਾਂ ਦੀਆਂ ਬੋਲੀਆਂ ਉਹ ਫਿਰ ਫਰਕ ਤੁਹਾਡਾ ਜਿੱਦਾਂ ਦੁਆਬੇ ਦਾ ਮਾਝੇ ਜਾਂ ਮਾਲਵੇ ਨਾਲੋਂ ਕਿੰਨਾ ਫਰਕ ਆ ਜ਼ਿਲ੍ਹੇ ਤੇ ਦੋ ਸਿੰਨੀ ਸੀ ਪਰ ਕਿਉਂਕਿ ਉਹ ਉੱਥੇ ਵਿੱਚ ਘਿਰੇ ਹੋਏ ਸੀ ਦੋਵੇਂ ਪਾਸਿਆਂ ਤੋਂ ਉੱਥੇ ਹੀ ਰਹਿੰਦੇ ਸੀ ਉੱਥੇ ਵਿਆਹ ਵਿੱਚ ਹੀ ਵਿਆਹ ਸ਼ਾਦੀਆਂ ਹੋ ਜਾਣੀਆਂ ਹਾਂਜੀ ਹਾਂਜੀ ਉੱਥੇ ਕੀ ਰਹਿਣਾ ਲੋਕਾਂ ਨੇ ਕੋਈ 100-200 ਕਿਲੋਮੀਟਰ ਦੇ ਘੇਰੇ ਚ ਹਾਂਜੀ ਹਾਂਜੀ ਅਟਕ ਦਰਿਆ ਤੋਂ ਲੈ ਕੇ ਦਿੱਲੀ ਤੋਂ 50 ਮੀਲ ਦੂਰ ਤੱਕ ਪੰਜਾਬੀ ਆ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਤਾਂ ਅੱਗੇ ਆਉਣੇ ਜੀ ਆਪਾਂ ਡੁੱਲੀ ਬੈਠੇ ਚਾਹੁਣ ਨਹੀਂ ਅੱਗੇ ਤਾਂ ਚਲੋ ਇਹ ਕਵਿਤਾ ਖਤਮ ਹੋ ਗਈ ਅੱਗੇ ਤਾਂ ਮੈਂ ਅਰਥ ਕੀਤੇ ਹੋਏ ਨੇ
ਅੱਛਾ ਜੀ ਇਹ ਮੈਂ ਹਾਂ ਚਲੇ ਵੀ ਦੱਸ ਕਿਉਂ ਦੁੱਲੀ ਬੈਠੇ ਉਹੀ ਉਹੀ ਆਪਾਂ ਜਿਹੜੇ ਅਰਥ ਕਰ ਲਿਆ ਨਾ ਇਹੀ ਅਰਥ ਲਿਖੇ ਹੋਏ ਅੱਗੇ ਸਾਰੇ ਥੱਲੇ ਕਿਉਂਕਿ ਮੈਂ ਇਹ ਪ੍ਰਿੰਟ ਕਰਾ ਕੇ ਆਪਣੇ ਦੇਣਾ ਸੀਗਾ ਆਪਣੀਆਂ ਪੋਤੀਆਂ ਨੂੰ ਠੀਕ ਹੈ ਜੀ ਠੀਕ ਹੈ ਤਾਂ ਕਿ ਉਹ ਪੜ੍ਹ ਲੈਣ ਇਹਨੂੰ ਚੰਗੀ ਤਰ੍ਹਾਂ ਤੇ ਨਾਲੇ ਅਰਥ ਪਤਾ ਲੱਗ ਜਾਣਾ ਲਓ ਜੀ ਫਿਰ ਆਪਾਂ ਕਵਿਤਾ ਖਤਮ ਕਰ ਦਿੱਤੀ ਹਾਂ ਜੀ ਤਾਂ ਅਗਲੀ ਵਾਰੀ ਅਗਲੀ ਮੈਂ ਉਡੀਕਦਾ ਤੁਸੀਂ ਅਗਲੀ ਇਹ ਖੋਰ ਲੈ ਕੇ ਆਓ ਤਾਂ ਆਪਾਂ 20-22 ਮਿੰਟ ਦਾ ਪ੍ਰੋਗਰਾਮ ਕਰਾ ਕਰਾਂਗੇ ਹਾਂਜੀ ਠੀਕ ਠੀਕ ਹੈ ਚਲੋ ਤੇ ਆਹੋ ਮੈਂ ਤਾਂ ਦੋ ਪਾ ਦੂੰਗਾ ਕਿਉਂਕਿ ਕਵਿਤਾ ਛੋਟੀਆਂ ਹੁੰਦੀਆਂ ਇੰਨੀ ਕੁ 5-10 ਮਿੰਟ ਦੀ ਹੁੰਦੀ ਹੈ ਕਵਿਤਾ ਹਾਂਜੀ ਹਾਂਜੀ ਲਓ ਜੀ ਆਪਾਂ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਪਹਿਲੀ ਵਾਰ ਇੰਨਾ ਵੀ ਬਹੁਤ ਹੈ ਜੀ ਹਾਂਜੀ ਮਿਲਦੇ ਹਾਂ ਜੀ ਆਪਾਂ ਅਕਾਦਮੀ ਆਈ ਦਾ ਹਾਲ ਤਾਂ ਭਾਗ ਪਹਿਲਾ ਜੀ ਹੋ ਇਹ ਪਾਰਟ 1 ਆ ਜੀ ਪਾਰਟ 2 ਪਾਰਟ 3 ਸਾਰੇ ਕਰਨੇ ਆ ਆਪਾਂ ਸਾਰਿਆਂ ਦੇ ਕਰ ਦਾਂਗੇ ਜੀ ਸਾਰਿਆਂ ਮੈਂ ਉਹਨਾਂ ਦੇ ਅਰਥ ਨਾ ਲੱਭ ਲੂੰਗਾ ਸਾਰੇ ਹੀ ਜੇ ਕਦੇ ਕਈ ਵਾਰੀ ਡਿਕਸ਼ਨਰੀਆਂ ਚ ਦੇਖਣੇ ਪੈਂਦੇ ਇਧਰ ਪੰਜਾਬੀ ਪੀਡੀਆ ਤੋਂ ਜਾਂ ਮਾਨਕੋਸ਼ ਚੋਂ ਕਈ ਅੱਖਰਾਂ ਦੇ ਸਹੀ ਜੀ ਹਾਂਜੀ ਆਪਾਂ ਇਹ ਵੀ ਦੱਸ ਦਈਏ ਜਿਹੜੇ ਦੁਆਬੇ ਜਾਂ ਮਾਝੇ ਜਾਂ ਮਾਲਵੇ ਦਿੰਦੇ ਉਹ ਦੱਸਣਗੇ ਵੀ ਇਹਨਾਂ ਦੇ ਮਤਲਬ ਆਪਣੇ ਆਪਣੇ ਵੀ ਹੋ ਸਕਦੇ ਜਿਹੜੇ ਆਪਾਂ ਦੱਸੇ ਆ ਹਾਂ ਬਿਲਕੁਲ ਹੋ ਸਕਦੇ ਜੀ ਉਹ ਤਾਂ ਹੀ ਮੇਰਾ ਇਹ ਕਹਿਣਾ ਸੀਗਾ ਵੀ ਜਿੱਦਾਂ ਸਾਡੀਆਂ ਜੇ 28 ਉਪਬੋਲੀਆਂ ਹੈਗੀਆਂ ਪੰਜਾਬੀ ਦੀਆਂ ਵੀ ਇਹਨਾਂ ਦੀ ਜੇ ਇੱਕ ਡਿਕਸ਼ਨਰੀ ਤਿਆਰ ਕੀਤੀ ਜਾਵੇ ਸਾਰੀਆਂ ਦੀ ਮਿਲਾ ਕੇ ਹਾਂਜੀ ਵੀ ਇੱਕ ਲਫ਼ਜ਼ ਜਾਂ ਕੋਈ ਚੀਜ਼ ਜਿਹੜੀ ਇੱਕ ਚੀਜ਼ ਹੈ ਉਹਦੇ ਲਈ ਕਿੰਨੇ ਕਿਹੜੀ ਬੋਲੀ ਚ ਕਿਹੜਾ ਲਫ਼ਜ਼ ਵਰਤਿਆ ਜਾਂਦਾ ਤਾਂ ਕਿ ਉਹ ਮੁੜ ਕੇ ਅਸੀਂ ਉਹਨਾਂ ਦੋਵਾਂ ਪੰਜਾਬਾਂ ਨੂੰ ਰਲ ਕੇ ਕਰਨਾ ਚਾਹੀਦਾ ਸਾਰਾ ਜਿਹੜਾ ਵਿਦਵਾਨ ਉਧਰ ਦੇ ਬੈਠਣ ਇਧਰ ਦੇ ਬੈਠਣ ਤੇ ਫਿਰ ਸ਼ਬਦ ਜਿਹੜੇ ਲੱਭਣ ਕਿਉਂਕਿ ਸਾਨੂੰ ਹੁਣ ਅੱਜ ਕੱਲ ਸਾਡੀ ਬੋਲੀ ਨੂੰ ਸੰਸਕ੍ਰਿਤ ਨਾਲ ਲੱਦ ਰਿਹਾ ਬਹੁਤ ਜ਼ਿਆਦਾ ਹਾਂਜੀ ਹਾਂਜੀ ਉਹ ਲਫ਼ਜ਼ ਔਖੇ ਆ ਉਹ ਤੇ ਫਿੱਟ ਨਹੀਂ ਪੈਂਦੇ ਹੁਣ ਗੂਗਲ ਤੇ ਉਦਾਂ ਤਾਂ ਮੈਂ ਕਹਿੰਦਾ ਜੀ ਲਹਿੰਦੀ ਪੰਜਾਬ ਚ ਵੀ ਕਿੰਨੇ ਦੁਆਬੇ ਨੇ ਤਾਂ ਉਹਨਾਂ ਦੀ ਵੀ ਆਪਣੀਆਂ ਉਹ ਬੋਲੀ ਹਾਂ ਬਿਲਕੁਲ ਬਿਲਕੁਲ ਬਹੁਤ ਨਾਲੇ ਜੀ ਉਹ 10 ਕਰੋੜ ਨੇ ਤਾਂ ਆਪਾਂ 2.5 ਕਰੋੜ ਆ ਹਾਂਜੀ ਆਪਾਂ ਉਹਨਾਂ ਪਰ ਜ਼ਿਆਦਾ ਸਾਂਭ ਕੇ ਰੱਖਿਆ ਆ ਮੁਲਤਾਨ ਦਾ ਇਲਾਕਾ ਮੁਲਤਾਨ ਦੀ ਜਿਹੜੀ ਉਹ ਸਰੈਕੀ ਜਾਂ ਜਿਹੜੀ ਬੋਲੀ ਉਹ ਮੋਢਿਆ ਸਾਡਾ ਉੱਥੇ ਲਫ਼ਜ਼ ਜਿਹੜੇ ਉਹਨਾਂ ਦੇ ਨੇ ਨਾ ਉਹੀ ਲਫ਼ਜ਼ ਅੱਗੇ ਵੱਧ ਕੇ ਘਟਦੇ 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 ਇੱਥੋਂ ਤੱਕ ਪਹੁੰਚੇ ਨੇ ਉਹ ਮੁੱਢ ਨੇ ਉੱਥੇ ਉੱਥੋਂ ਸਾਨੂੰ ਲਫ਼ਜ਼ ਬਹੁਤ ਲੱਭ ਸਕਦੇ ਆ ਪੰਜਾਬੀ ਦੇ ਪੁਰਾਣੇ ਜਿਹੜੇ ਵੀ ਪੁਰਾਣੇ ਤੋਂ ਪੁਰਾਣੇ ਬਿਲਕੁਲ ਬਿਲਕੁਲ ਜੀ ਆਪਾਂ ਹੁਣ ਦਰਸ਼ਕਾਂ ਨੂੰ ਦੱਸਦੇ ਜੀ ਅਸੀਂ ਕੁਛ ਪਹਿਲਾਂ ਪਾਠ ਕੀਤਾ ਤੁਹਾਨੂੰ ਜੇ ਇਹਨਾਂ ਮਹੀਨਿਆਂ ਦੇ ਹੋਰ ਲਾਭ ਹੈਗੇ ਨੇ ਉਹ ਵੀ ਦੱਸੋ ਆਪਣੇ ਕਮੈਂਟ ਦੇ ਕੇ ਤਾਂ ਹੁਣ ਆਪਾਂ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਤਾਂ ਅਗਲੇ ਪ੍ਰੋਗਰਾਮ ਦੀ ਉਡੀਕ ਕਰਦੇ ਹਾਂ ਤਾਂ ਠੀਕ ਹੈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਬਰਿਆਮ ਸਿੰਘ ਜੀ ਮਿਲਦੇ ਜੀ ਆਪਾਂ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ